ਜਿਹੜੀ ਵੈਸਲੀਨ ਜੀ ਲਾਉਂਦੇ ਹਾਂ ਉਹਦੇ ਨਾਲ ਵਾਲਾ ਫਰਕ ਜਿਹਾ ਨਹੀਂ ਪੈਂਦਾ ਹੈਗਾ ਇਹਦੇ ਨਾਲ। ਮਖੀਲ ਦੇ ਮਖੀਲ ਜਦੋਂ ਉੜ ਗਿਆ ਨਾ ਖੱਖਰ, ਅਤੇ ਉਹ ਮਖੀਲ ਲਿਆ ਕੇ ਵਿੱਚੋਂ ਮੰਮੀ ਨੇ ਬਣਾਈ ਸੀ ਦਵਾਈ, ਇਹਦੇ ਨਾਲ ਮੇਰੀ ਐਨ ਸਾਫ਼ ਹੋ ਗਈ। ਮੈਂ ਤੁਹਾਨੂੰ ਦੱਸੂੰਗਾ ਕੀ ਬਣਾਇਆ ਵਿੱਚ, ਯਾਨੀ ਕੀ ਪਾ ਕੇ ਬਣਾਈ ਦਵਾਈ। ਇਹਨਾਂ ਨਾਲ ਸ਼ਹਿਰ ਜਮਾਂ ਹੀ ਸਾਫ਼ ਹੋ ਗਈਆਂ, ਹੈ ਨਾ, ਬਹੁਤ ਜ਼ਿਆਦਾ ਖਰਾਬ ਹੋ ਗਈਆਂ ਸੀ। ਮੈਂ ਦੇਖਾਂ ਐਨ ਵਿੱਚ ਜਿੱਦਾਂ ਲਾਈਨਾਂ ਹੀ ਜਿਹੜੀਆਂ ਬਣ ਜਾਂਦੀਆਂ ਨਾ, ਕਿਉਂਕਿ ਮੈਂ ਤੁਹਾਨੂੰ ਪਤਾ ਗਰਮੀ ਦੇ ਵਿੱਚ ਬੰਦਾ ਹੁਣ ਜੁਰਾਬਾਂ ਵੀ ਕੀ ਪਾਵੇ, ਹੈ ਨਾ, ਸੌਕਸਾਂ ਪਾ ਕੇ। ਹੁਣ ਤਾਂ ਚਲੋ ਮੈਂ ਪਾ ਕੇ ਧਿਆਨ ਰੱਖਦਾ ਹੁੰਦਾ, ਪਹਿਲਾਂ ਨਹੀਂ ਧਿਆਨ ਰੱਖਿਆ ਗਰਮੀਆਂ ਦੇ ਵਿੱਚ, ਕਿਉਂਕਿ ਗਰਮੀ ਬਹੁਤ ਹੁੰਦੀ, ਬੂਟ ਵੀ ਨਹੀਂ ਪਾ ਸਕਦੇ, ਹੈ ਨਾ, ਅਤੇ ਉਹਦੇ ਨਾਲ ਟੂ ਮੱਚ ਹੋ ਗਿਆ ਸੀ ਕੰਮ, ਜ਼ਿਆਦਾ ਖਰਾਬ ਹੋ ਗਈਆਂ ਸੀਗੀਆਂ। ਅਤੇ ਹੁਣ ਦੇਖ ਲਓ, ਹੈ ਨਾ, ਤੁਹਾਨੂੰ ਦਿਖਾ ਲਈ ਇੱਕ ਵਾਰੀ ਬੰਸ ਮੋਰ ਸਾਫ਼ ਹੋ ਗਈਆਂ। ਹੁਣ ਬਲੌਗ 'ਚ ਕਹਿੰਦੇ ਆਵਾਜ਼ ਬਹੁਤ ਘੱਟ ਆਉਂਦੀ ਸੀ, ਉਹ ਮੈਨੂੰ ਲੱਗਦਾ ਹੈੱਡਫੋਨਾਂ ਕਰਕੇ ਜਦੋਂ ਕਰਕੇ ਬਣਾਓ ਨਾ ਵੀਡੀਓ, ਫਿਰ ਘੱਟ ਆਉਂਦੀ ਆ। ਹੁਣ ਦੱਸਿਓ, ਹੁਣ ਕਿਤੇ ਸਹੀ ਆ ਆਵਾਜ਼? ਹੁਣ ਤਾਂ ਬਹੁਤ ਉੱਚੀ ਬੋਲੀ, ਤਾਂ ਨਾਲੇ ਉੱਦਾਂ ਮੈਂ ਥੋੜ੍ਹਾ ਉੱਚੀ ਬੋਲਿਆ ਕਰੂੰਗਾ, ਮੈਂ ਸਲੋ ਬੋਲਦਾ ਹੁੰਦਾ ਸੀਗਾ। ਹਾਂ, ਪੱਠੇ ਖਾ ਲਿਆ ਯਾਰ, ਪਾਣੀ ਪੀ ਲਿਆ, ਆਰਾਮ ਨਾਲ ਆਰਾਮ ਕਰੋ, 2 ਵਜੇ ਮਿਲੂੰਗਾ ਮੈਂ ਤੁਹਾਨੂੰ। ਗੁੱਡ ਆਫਟਰਨੂਨ ਗਾਇਸ, ਕਿਵੇਂ, ਠੀਕ ਠਾਕ ਹੋ? ਆਹ ਦੇਖੋ ਮੈਂ ਕਿਵੇਂ ਕਿੱਥੇ ਬੈਠਾ ਹੈ। ਪੱਠੇ ਪਾਉਣ ਲੱਗਾ ਸੀਗਾ, ਫੋਨ ਆ ਗਿਆ, ਮੈਂ ਬੋਰਾ ਜਿਹਾ ਵਿਛਾ ਕੇ ਵੀਡੀਓ ਕਾਲ 'ਤੇ ਇੱਦਾਂ ਗੱਲ ਕਰਨ ਲੱਗ ਪਿਆ। ਇਹ ਹਮਾਰੀ ਸ਼ੈੱਡ ਹੈ, ਇਹ ਹਮ ਹੈ, ਹਮਾਰ ਗਾਓਂ ਕੋ ਪੱਠੇ ਡਾਲ ਰਹੇ ਹੈ, ਹਮ ਗਾਓਂ ਮੇਂ ਰਹਿਤੇ ਹੈ, ਹਮਾਰੇ ਗਾਓਂ ਕਾ ਨਾਮ ਹੈ ਭਾਈਆ ਕਲਵੰਡੀ ਰਾਈਆਂ, ਹਮਾਰੇ ਗਾਓਂ ਕਾ ਨਾਮ ਹੈ, ਯੂ ਨੋ, ਹਮ ਵਿਲੇਜ ਮੇਂ ਰਹਿਤੇ ਹੈ, ਵੋ ਹਮਾਰੀ ਕਾ ਵੋ ਕਾਰ ਖੇਤਾ, ਵੋ ਹਮਾਰੀ ਗਾਏ ਹੈ, ਇਸਕੋ ਹਮ ਪੱਠਾ ਡਾਲੇਂਗੇ। ਚਲੋ ਛੱਡੋ, ਹੱਸੀ ਖੇਡੇ ਹੋ ਗਏ, ਕੰਮ ਧੰਦਾ ਕਰ ਲਈਏ। ਫੋਨ ਆ ਗਿਆ, ਮੈਂ ਬੈਠਾ ਬੈਠਾ ਸੌਣ ਲੱਗ ਪਿਆ, ਵੀਡੀਓ ਕਾਲ ਕਰ ਲਈ ਕੰਮ ਧੰਦਾ, ਉੱਠਾਉਂਦੇ ਨਹੀਂ ਆ ਗਿਆ, ਇੱਥੇ ਬਹਿ ਗਏ, ਕੱਪੜੇ ਸੁੱਕ ਗਏ ਵਾ। ਕੀ ਹੋਇਆ ਮੈਂ ਉਦਾਸ ਜੀ ਬੈਠੀ ਹਾਂ, ਹੈਂ, ਕੀ ਹੋਇਆ? ਬੜਾ ਉਦਾਸ ਜੀ ਬੈਠੀ ਹਾਂ, ਗੋਡੇ ਗਿੱਟੇ ਦੋ, ਹੈਂ, ਗੋਡੇ ਗਿੱਟੇ ਦੋ, ਤੇ ਹੋਰ ਕਿਹੜਾ ਗਿੱਟੇ ਤੇਰੇ, ਉਹ ਮੁੱਕ ਗਈ ਗਰੀਸ, ਗਰੀਸ ਮੁੱਕ ਗਈ ਨਾ, ਗਰੀਸ ਤੇਰੇ ਮੁੱਕੀ ਹੋਣੀ ਆ, ਉਹਦੇ ਪਤਾ ਨਹੀਂ ਸਿੱਧੇ ਆ, ਕੁੜੀਆਂ ਵੀ ਦੁਖਦੀਆਂ ਆ, ਗੱਠਾਂ ਵੀ ਸੁੱਜੀਆਂ ਆ, ਰਾਤ ਨੂੰ ਸੁੱਤੀ ਪਈ ਤੇ ਹੱਥ ਸੌਂ ਜਾਂਦੇ ਆ। ਓਲਡ ਲੇਡੀ ਹੋ ਗਈ ਤੇ, ਓਲਡ ਲੇਡੀ ਹੋ ਗਈ, ਹੋਰ ਅਬ ਚੱਲਦੇ ਫਿਰਦੇ ਲੈ ਜਾ, ਮੰਜੇ ਤੇ ਪਾਣੀ ਵੀ ਨਹੀਂ ਮਿਲਦਾ। ਕੀ ਪਤਾ ਰੱਬ ਨੇ ਲਿਖਿਆ ਹੋਵੇ ਕਿ ਗੋਡੇ ਘੜੀਸ ਘੜੀਸ ਤੁਰੇ, ਹੈਂ ਪ੍ਰਭੂ, ਇਦਾਂ ਦਾ ਰੱਬ ਨਹੀਂ ਕਿ ਰੱਬ ਉਹ ਨਹੀਂ ਤੁਰ ਹੋਣਾ, ਇਹਦਾ ਜਿੰਨੀ ਲਿਖਿਆ, ਇਹਦਾ ਜਿੰਨੀ ਲਿਖੀ ਉਹਨੀ ਭੋਗ ਕੇ ਮਰਨਾ ਉਹਨੇ, ਜੋ ਮਰਜ਼ੀ ਕਰੀ ਆ, ਥੋੜ੍ਹੀ ਆ ਸਾਡੀ, ਜ਼ਿਆਦਾ ਨਹੀਂ ਹੈਗੀ ਹੁਣ। ਉੱਦਾਂ ਵੀ ਕਹਿੰਦੇ ਆਪਣੇ ਜਿਹੜੇ ਸੂਰਮਿਆਂ ਦੀ ਉਮਰ ਕਹਿੰਦੇ ਥੋੜ੍ਹੀ ਹੁੰਦੀ ਹੈ, ਰੱਬ ਕਹਿੰਦਾ ਹੁਣ ਤਾਂ ਸੰਘਰਸ਼ ਬਹੁਤ ਕਰ ਲਿਆ, ਹੁਣ ਤੂੰ ਚੱਲਦੀ ਬਣ। ਹੋਰ ਚੋਣੀ ਨਹੀਂ ਕਹਾ, ਚੋਣੀਆਂ ਹੁਣ ਤੂੰ ਪਾਇਆ ਫਿਰ ਚਾਹ ਪੱਤੀ ਪਸੰਦ ਸੀ, ਮੈਂ ਚੱਲ ਖਾ ਲੈਂਦੇ, ਮੈਂ ਧੁੱਪੇ ਸੀ ਇੱਥੇ ਮਰ ਗਈ, ਆਹ ਤਾਂ ਧੁੱਪੇ ਸਕੂਨ ਜਿਹਾ ਮਿਲਦਾ ਨਾ, ਰਾਮ ਦੇ ਮੋਢਿਆਂ ਨੂੰ ਮਿਲਦਾ, ਮੋਢੇ ਵੀ ਦੁਖਦੇ ਆ, ਪੱਠੇ ਵੀ ਆ ਗਈ ਅੰਮੀ ਦੇ, ਬਹੁਤ
ਇਹਨਾਂ ਅੱਖਾਂ ਸਾਫ਼ ਹੋ ਜਾਂਦੀਆਂ ਮੰਮੀ। ਪਾਣੀ ਨਾ ਭਾਈ ਦੇ ਲਾ ਤੈਂ ਪਾਣੀ, ਮੈਂ ਤਾਂ ਇੱਥੇ ਪਾਣੀ ਥੋੜ੍ਹੀ ਪਾਇਆ ਸੀ। ਇਹਨਾਂ ਅੱਖਾਂ ਸਾਫ਼ ਹੋ ਜਾਂਦੀਆਂ। ਮੈਂ ਅੱਜ ਤਾਂ ਦੇ ਲਾ ਇੱਧਰ ਯੂਟਿਊਬ 'ਤੇ ਪਾਣੀ ਕਹਿਣਾ ਮੰਮੀ ਮੈਨੂੰ ਕੱਟਿਆ। ਮੈਂ ਤਾਂ ਛੇੜਦਾ ਸੀ ਇਹਦਾ ਤਾਂ ਛੋਟੇ ਹੁੰਦੇ ਬਹੁਤ ਅੱਖਾਂ 'ਚ ਪਾਉਂਦੇ ਹੁੰਦੇ। ਸੱਚੀ ਮੰਮੀ ਉਹ ਪਹਿਲੀ ਵਾਲੀ ਬਹੁਤ ਜ਼ੋਰ ਨਾਲ ਵੱਜੀ। ਆਹ ਦੇਖ ਕੇ ਨੀਲ ਪੈ ਗਿਆ ਮੇਰੇ, ਦੇਖ ਤਾਂ ਸਹੀ ਨੀਲ ਪੈ ਗਿਆ। ਚੱਲ ਚੋਲਾ ਇਹਨਾਂ ਨੜਾਈਏ ਯਾਰ ਬੇਚਾਰੀਆਂ ਨੰਮੀ, ਨਾਲੇ ਨੜਾਈਏ ਨਾ ਗੋਹਾ ਦੇ ਕਿੱਦਾਂ ਜੰਮਿਆ ਪਿਆ। ਸੰਤਰਾ ਸੰਤਰਾ ਇੰਨੀ ਠੰਡ ਚ ਕੌਣ ਖਾਂਦਾ ਨਾਲੇ? ਬਸ ਚੱਲ ਵਿਟਾਮਿਨ ਉਹ ਚ ਹੁੰਦਾ। ਲੈ ਪਾ ਲਾਂਗੇ ਰੱਖ ਲੈ ਪਾ, ਇੱਦਾਂ ਥੋੜੀ ਪਾਉਣਾ ਹੁੰਦਾ। ਤੂੰ ਤਾਂ ਇਕੱਠਾ ਕਰੀ ਜਾਂਦੀ ਹੈ ਛੋਟੇ ਹੁੰਦੇ ਬਹੁਤ ਕਰਦੇ ਹੁੰਦੇ ਏਦਾਂ। ਹਾਂ ਤੂੰ ਕਿਤੇ ਮੂੰਹ ਲਵੇੜਿਆ ਝਾੜੇ ਨੂੰ। ਮੋਰ ਬੈਠਾ ਮੋਰ, ਹੈਲੋ ਖੰਭ ਆ ਗਿਆ ਲੰਡਾ ਜਿਹਾ ਹੋਇਆ ਦੇ ਲੋ ਪਿੱਛੇ ਜਿਹਾ ਨਾ। ਓਏ ਮੋਰ ਇੱਧਰ ਦੇ, ਦੌੜ ਗਿਆ ਕਿੱਦਾਂ ਪੰਨ ਬੰਨ ਕੇ ਨਜ਼ਰ ਲੱਗਣ ਲੱਗਿਆ। ਨਜ਼ਰ ਜਦ ਲੱਗਦੀ ਨਾ ਮੈਂ ਢਿੱਡ ਹੋਣ ਲੱਗ ਪੈਂਦਾ, ਮੈਨੂੰ ਪਤਾ ਲੱਗ ਜਾਂਦਾ। ਪੈਂਟ ਕਰਵਾ ਦੁਕਾਨ ਤੇ ਨੀ, ਉਹ ਆਈ ਟੀ ਆਈ ਕਾਲਜ ਨੀ ਹੁਸ਼ਿਆਰਪੁਰ ਉਹਦੇ ਬਾਹਰ। ਹਾਂ ਪੈਂਟਾਂ ਦਾ ਕਈ ਵੇਲੇ 50 ਦਾ ਕਈ ਵੇਲੇ 65 ਦਾ। ਚਲੋ ਖਾ ਲਈਏ ਕੁਲਚਾ, ਕਰਦੇ ਹਾਂ ਗੱਲਬਾਤ।